दोस्तों आज असी तुहानू पंजाब दा सब तो महंगा ते आलीशान होटल विखाउण लिआए आ। ये होटल महंगा ते आलीशान होण दे नाल नाल पंजाब दी सियासत दा लंबे समय तो हिस्सा भी रहा है। ते आ उह सड़क है जी जिहड़ी होटल वल जांदी है। होटल दी तुहानू लोकेशन दस दिंदे आ जी। जदों तुसीं रोपड़ तों कुराली वाले जां चंडीगढ़ वाले पासे जांदे हो ते कुराली चौंक तों जदों असीं खब्बे हत्थ मुड़दे हाँ ਜਿਹੜਾ ਰਸਤਾ ਬੱਦੀ ਨੂੰ ਜਾਂ ਫਿਰ ਨਿਊ ਚੰਡੀਗੜ੍ਹ ਨੂੰ ਜਾਂਦਾ, ਜਦੋਂ ਤੁਸੀਂ ਉਹ ਰੋਡ 'ਤੇ ਮੁੜੋਗੇ ਖੱਬੇ ਹੱਥ, ਅਤੇ ਅੱਗੇ ਜਾ ਕੇ ਤਕਰੀਬਨ ਕੋਈ 7-8 ਕਿਲੋਮੀਟਰ ਅੱਗੇ ਜਾ ਕੇ ਟੋਲ ਵੀ ਇੱਕ ਰਾਹ 'ਚ ਆਉਣਾ, ਉਹ ਪਾਰ ਕਰਕੇ ਅਤੇ ਅੱਗੇ ਜਾ ਕੇ ਇੱਕ ਫਲਾਈਓਵਰ ਆਏਗਾ। ਫਲਾਈਓਵਰ ਰਾਈਟ ਸਾਈਡ ਨੂੰ ਮੁੜਦਾ ਹੋਏਗਾ ਜੀ ਚੰਡੀਗੜ੍ਹ ਵਾਲੇ ਪਾਸੇ ਨੂੰ, ਅਤੇ ਉਸੇ ਫਲਾਈਓਵਰ ਦੇ ਥੱਲਿਓਂ ਇਹ ਸੜਕ ਖੱਬੇ ਹੱਥ ਮੁੜਦੀ ਹੈ ਜੀ। ਸੜਕ ਤੋਂ ਤਕਰੀਬਨ ਆਪਾਂ ਕੋਈ 1-1.5 ਕਿਲੋਮੀਟਰ ਅੱਗੇ ਜਾਵਾਂਗੇ ਤੇ ਇਹ ਹੋਟਲ ਆ ਜਾਂਦਾ ਜੀ। ਆਹ ਦੇਖੋ ਜਿੱਦਾਂ ਅਸੀਂ ਆਹ ਸੜਕ ਵੈਸੇ ਪਿੰਡ ਵਾਲੀ ਸੜਕ ਹੈ ਜੀ, ਤੁਹਾਨੂੰ ਦੱਸ ਦਈਏ ਪਿੰਡ ਵਾਲੀ ਸੜਕ ਹੈ, ਪਰ ਇਹ 4 ਲੇਨ ਬਣਾਈ ਗਈ ਹੈ। ਤੇ ਆਹ ਵੇਖੋ ਜੀ ਆਹ ਹੋਟਲ ਦਾ ਬੋਰਡ ਆ ਗਿਆ ਜੀ, ਪਹਿਲਾਂ ਆ ਲਿਖਿਆ ਜੀ ਦਾ ਅਬਰੋਏ ਸੁਖ ਵਿਲਾਸ ਸਪਾ ਰਿਜ਼ੋਰਟ। ਇੱਥੋਂ ਇਹਦੀ ਦੂਰੀ ਹੈ ਜੀ 1.3 ਕਿਲੋਮੀਟਰ ਬੋਰਡ ਦੇ ਉੱਤੇ ਲਿਖਿਆ। ਤੇ ਆਹ ਦੇਖੋ ਜੀ ਅਜੇ 1.5 ਕਿਲੋਮੀਟਰ ਦੂਰ ਹੈ ਹੋਟਲ ਜਾਂ ਰਿਜ਼ੋਰਟ, ਅਤੇ ਇੱਥੇ ਇਹਦਾ ਐਂਟਰੈਂਸ ਵਾਲਾ ਜਿਹੜਾ ਆ ਗੇਟ ਆ ਵੀ ਗਿਆ। ਆਹ ਦੇਖੋ ਜੀ ਇਹਨਾਂ ਨੇ ਐਂਟਰੈਂਸ ਵਾਲਾ ਗੇਟ ਬਣਾਇਆ ਬੜਾ ਵਧੀਆ, ਨਾਲ ਲੌਨਸ ਜਾਂ ਪਾਰਕ ਕਹਿ ਲਈਏ ਬਣਾਈ ਹੈ, ਨਾਲ ਖੱਬੇ ਪਾਸੇ ਸੱਜੇ ਪਾਸੇ ਦੋਵੇਂ ਪਾਸੇ ਗੇਟ ਵੀ ਬੜਾ ਸੋਹਣਾ ਬਣਾਇਆ। ਆਹ ਦੇਖੋ ਇੱਥੇ ਆ ਪੱਥਰ ਦੇ ਵਿੱਚ ਉੱਕਰਿਆ ਹੋਇਆ ਇਹਦਾ ਨਾਮ ਦਾ ਅਬਰੋਏ ਸੁਖ ਵਿਲਾਸ ਰਿਜ਼ੋਰਟ। ਅਤੇ ਆਓ ਜੀ ਚੱਲਦੇ ਹਾਂ ਫਿਰ ਆਪਾਂ ਅੰਦਰ, ਅਤੇ ਦਿਖਾਉਂਦੇ ਹਾਂ ਤੁਹਾਨੂੰ ਨਾਲ ਨਾਲ ਤੁਹਾਨੂੰ ਰਸਤਾ ਵੀ ਵਿਖਾਵਾਂਗੇ ਅਤੇ ਅੱਗੇ ਜਾ ਕੇ ਤੁਹਾਨੂੰ ਸਾਰਾ ਹੋਟਲ ਵੀ ਵਿਖਾਵਾਂਗੇ, ਹੋਟਲ ਦੇ ਵਿੱਚ ਕੀ ਮਿਲਦਾ ਅਤੇ ਕਿੱਦਾਂ ਦੇ ਸਰਵਿਸਿਜ਼ ਨੇ। ਆਹ ਦੇਖੋ ਜੀ ਆਹ ਰਸਤਾ ਬੜਾ ਵਧੀਆ ਮੇਨਟੇਨ ਕੀਤਾ ਹੋਇਆ, ਆਸੇ ਪਾਸੇ ਸਫੈਦੇ ਲੱਗੇ ਆ, ਜਿੱਦਾਂ ਸਫੈਦੇ ਲੱਗੇ ਆ ਜੀ ਇੱਥੋਂ ਵੇਖ ਕੇ ਲੱਗਦਾ ਤਾਂ ਇੱਦਾਂ ਹੀ ਆ, ਇਹ ਰਕਬਾ ਜਿਹੜਾ ਆ ਜੰਗਲਾਤ ਮਹਿਕਮੇ ਦਾ। ਬਾਕੀ ਗੇਟ ਲੱਗਾ ਬਾਹਰ, ਇੱਥੇ ਫੈਂਸਿੰਗ ਹੋਈ ਹੈ ਨਾਲ ਨਾਲ। ਆਹ ਦੇਖੋ ਜਿੱਦਾਂ ਪੱਥਰ ਵਗੈਰਾ ਲੱਗੇ ਆ ਨਾਲ ਨਾਲ। ਇੱਥੇ ਤੁਹਾਨੂੰ ਇਹ ਵੀ ਗੱਲ ਦੱਸ ਦਈਏ ਜੀ ਜਿਹੜੀ ਇਹ ਓਬਰੋਏ ਹੋਟਲ ਚੇਨ ਹੈ ਜੀ, ਇਹ ਵਰਲਡ ਦੀ ਸਭ ਤੋਂ ਮਹਿੰਗੀ ਅਤੇ ਲਗਜ਼ਰੀ ਹੋਟਲ ਚੇਨ ਹੈ ਜੀ। ਵਰਲਡ ਦੇ ਸਭ ਤੋਂ ਲਗਜ਼ਰੀ ਕਹਿ ਲਈਏ ਜਾਂ ਮਹਿੰਗੇ ਕਹਿ ਲਈਏ ਜਾਂ ਕਹਿ ਲਈਏ ਕਿ ਜਿਹੜੇ ਸਭ ਤੋਂ ਬੈਸਟ ਲੋਕੇਸ਼ਨ 'ਤੇ ਜਿਹੜੇ ਹੋਟਲ ਆ ਜੀ ਵੱਖ ਵੱਖ ਸ਼ਹਿਰਾਂ 'ਚ, ਉਹ ਜਿਹੜੇ ਆ ਓਬਰੋਏ ਦੇ ਆ ਜੀ, ਓਬਰੋਏ ਹੋਟਲ ਦੇ। ਅਤੇ ਆਓ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਚੱਲਦੇ ਹਾਂ ਸਿੱਧਾ ਅੰਦਰ। ਅਤੇ ਆਹ ਦੇਖੋ ਜੀ ਹੁਣ ਦੂਸਰਾ ਗੇਟ ਆ ਗਿਆ ਜੀ ਹੋਟਲ ਦਾ, ਅਜੇ ਵੀ ਹੋਟਲ ਇੱਥੋਂ 1.5 ਕਿਲੋਮੀਟਰ ਅੱਗੇ ਆ, ਪਰ ਇੱਕ ਵਾਰੀ ਫੇਰ ਇੱਕ ਗੇਟ ਆ ਗਿਆ ਜੀ। ਆਹ ਦੇਖੋ ਸਾਹਮਣੇ ਬੋਰਡ ਲੱਗਾ ਇੱਥੇ, ਇੱਕ ਵਾਰ ਫਿਰ ਰਸਤਾ ਦਿਖਾਉਂਦਾ ਹੋਇਆ ਦਾ ਅਬਰੋਏ ਸੁਖ ਵਿਲਾਸ ਸਪਾ ਰਿਜ਼ੋਰਟ, ਇੱਥੋਂ 500 ਮੀਟਰ ਦੀ ਦੂਰੀ 'ਤੇ ਆ ਜੀ। ਅਤੇ ਲਓ ਜੀ ਅਸੀਂ ਪਹੁੰਚ ਗਏ ਹਾਂ ਸੁਖ ਵਿਲਾਸ ਰਿਜ਼ੋਰਟ ਦੇ ਮੇਨ ਐਂਟਰੈਂਸ ਗੇਟ 'ਤੇ। ਇੱਥੇ ਪਹਿਲਾਂ ਸਿਕਿਉਰਿਟੀ ਚੈਕਿੰਗ ਹੋਏਗੀ। ਅਤੇ ਸਿਕਿਉਰਿਟੀ ਚੈੱਕ ਤੋਂ ਬਾਅਦ ਅਸੀਂ ਹੁਣ ਜਾ ਰਹੇ ਹਾਂ ਜੀ ਵੈਲੇ ਪਾਰਕਿੰਗ ਲਈ, ਜਿੱਥੋਂ ਵੈਲੇ ਪਾਰਕਿੰਗ ਅਧਿਕਾਰੀ ਗੱਡੀ ਪਾਰਕ ਕਰਨ ਲਈ ਲਿਆ ਜਾਣਗੇ। ਅਤੇ ਹੁਣ ਹੋਟਲ ਦੇ ਕੁਝ ਸ਼ੋਟਸ ਤੁਹਾਡੇ ਨਾਲ ਸਾਂਝੇ ਕਰਾਂਗੇ। ਆਹ ਵੈਲੇ ਪਾਰਕਿੰਗ ਏਰੀਆ ਜਿੱਥੇ ਅਸੀਂ ਗੱਡੀ ਪਾਰਕ ਕਰਨ ਲਈ ਦਿੱਤੀ ਹੈ। ਅਤੇ ਆਹ ਹੈ ਜੀ ਹੋਟਲ ਦੀ ਐਂਟਰੈਂਸ, ਦੇਖੋ ਸਾਹਮਣੇ ਸਵਿਮਿੰਗ ਪੂਲ ਬਣਿਆ ਹੋਇਆ, ਵਿੱਚ 2 ਫੁਹਾਰੇ ਲੱਗੇ ਹੋਏ ਨੇ ਅਤੇ
ਅਤੇ ਜਿਹੜੀ ਚਾਰ ਦੀਵਾਰੀ ਹੈ ਜੀ, ਇਹਦੇ 'ਚ ਚਾਰੇ ਪਾਸੇ ਗੇਟ ਬਣਾਏ ਗਏ ਨੇ ਜਿਨ੍ਹਾਂ ਦੀ ਲੁੱਕ ਹੂਬਹੂ ਰਾਜ ਮਹਿਲਾਂ ਵਰਗੀ ਲੱਗ ਰਹੀ ਹੈ। ਇੱਥੋਂ ਦਾ ਏਰੀਆ ਵੇਖ ਕੇ ਅਤੇ ਸਾਨੂੰ ਜਿਹੜੇ ਰਾਜਸਥਾਨ ਦੇ ਮਹਿਲ ਨੇ ਉਹਨਾਂ ਦਾ ਭੁਲੇਖਾ ਵੀ ਪੈਂਦਾ। ਆਪਾਂ ਕਹਿ ਸਕਦੇ ਹਾਂ ਜੀ ਇਹ ਪੰਜਾਬ ਦਾ ਇਕਲੌਤਾ ਮਹਿਲ ਹੈ। ਆਓ ਚੱਲਦੇ ਹਾਂ ਜੀ, ਵੇਖਦੇ ਹਾਂ ਅੰਦਰ ਦੇ ਵੀ ਕੁਛ ਦ੍ਰਿਸ਼ ਅਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅਤੇ ਹੁਣ ਅਸੀਂ ਆ ਗਏ ਹਾਂ ਜੀ ਹੋਟਲ ਦੇ ਰੈਜੀਡੈਂਸ਼ੀਅਲ ਏਰੀਏ 'ਚ, ਜਾਂ ਪੰਜਾਬੀ 'ਚ ਕਹਿ ਲਈਏ ਜੀ ਰਿਹਾਇਸ਼ ਏਰੀਏ 'ਚ। ਇੱਥੇ ਹੋਟਲ 'ਚ ਆਏ ਮਹਿਮਾਨਾਂ ਨੂੰ ਉਹਨਾਂ ਦੇ ਕਮਰੇ ਜਾਂ ਅਪਾਰਟਮੈਂਟਾਂ ਵਿੱਚ ਠਹਿਰਾਇਆ ਜਾਂਦਾ। ਦੇਖੋ ਇੱਥੇ ਇੱਕ ਵਾਰ ਫਿਰ ਜੇ ਤੁਸੀਂ ਤਾਜ ਮਹਿਲ ਵੇਖਿਆ ਕਿਸੇ ਨੇ, ਅਤੇ ਤਾਜ ਮਹਿਲ ਦਾ ਜਿਹੜਾ ਐਂਟਰੈਂਸ ਆ ਉੱਦਾਂ ਦਾ ਹੀ ਲੁੱਕ ਦਿੱਤੀ ਗਈ ਹੈ। ਅਤੇ ਇੱਥੇ ਤੁਹਾਨੂੰ ਇਹ ਵੀ ਦੱਸ ਦਈਏ, ਇਹ ਹੋਟਲ ਦਾ ਏ ਬਲੋਕ ਹੈ ਜੀ ਰੈਜੀਡੈਂਸ਼ੀਅਲ ਏਰੀਏ ਦਾ। ਇੱਦਾਂ ਦੇ 3 ਬਲੋਕ ਹੋਰ ਹੈਗੇ ਨੇ ਜੀ ਹੋਟਲ ਦੇ, ਮਤਲਬ ਹੋਟਲ ਦੇ ਵਿੱਚ ਜਿਹੜਾ ਰੈਜੀਡੈਂਸ਼ੀਅਲ ਏਰੀਆ ਉਹਨੂੰ 4 ਬਲੋਕਾਂ 'ਚ ਵੰਡਿਆ ਗਿਆ, ਇਹਦੇ ਵਿੱਚੋਂ ਇਹ ਪਹਿਲਾ ਬਲੋਕ ਹੈ। ਇਸ ਤੋਂ ਇਲਾਵਾ 3 ਬਲੋਕ ਹੋਰ ਹੈਗੇ ਜੀ। ਸ਼ਿਵਾਲਿਕ ਦੀਆਂ ਪਹਾੜੀਆਂ ਲਾਗੇ ਹੋਣ ਕਰਕੇ ਇੱਥੋਂ ਦਾ ਆਸ ਪਾਸ ਦਾ ਏਰੀਆ ਕਾਫ਼ੀ ਪੀਸਫੁੱਲ ਜਾਂ ਸ਼ਾਂਤਮਈ ਹੈ। ਆਹ ਦੇਖੋ ਜੀ, ਆਹ ਜਿਹੜੀਆਂ ਗੱਡੀਆਂ ਨੇ ਇਹ ਵਰਤੀਆਂ ਜਾਂਦੀਆਂ ਨੇ ਮਹਿਮਾਨਾਂ ਨੂੰ ਉਹਨਾਂ ਦੇ ਕਮਰਿਆਂ ਤੱਕ ਲਿਜਾਣ ਲਈ। ਆਹ ਦੇਖੋ ਜਾ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਤੁਹਾਨੂੰ ਦੱਸ ਦਈਏ ਜੀ ਇੱਥੋਂ ਦਾ ਜਿਹੜਾ ਕਮਰਿਆਂ ਦਾ ਰਹਿਣ ਦਾ ਕਿਰਾਇਆ ਹੈ ਜੀ ਇੱਕ ਦਿਨ ਦਾ ਜਾਂ ਇੱਕ ਰਾਤ ਦਾ, ਉਹ ਸ਼ੁਰੂਆਤ ਉਹਦੀ ਹੁੰਦੀ ਹੈ ਜੀ 35,000 ਰੁਪਏ। 35,000 ਰੁਪਇਆ ਜਿਹੜਾ ਸਭ ਤੋਂ ਘੱਟ ਕੀਮਤ ਵਾਲਾ ਕਮਰਾ ਆ ਉਹਦਾ ਇੱਕ ਰਾਤ ਦਾ ਕਿਰਾਇਆ ਹੈ। ਭਾਵੇਂ ਤੁਸੀਂ ਹੋਟਲ ਤਾਜ ਵਰਗੇ ਵੀ ਵੇਖੇ ਹੋਣਗੇ, ਪਰ ਜਿਹੜਾ ਇੱਥੋਂ ਦਾ ਨਜ਼ਾਰਾ, ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਲਾਗੇ ਹੋਣ ਕਰਕੇ ਇੱਥੋਂ ਦਾ ਜਿਹੜਾ ਏਰੀਆ ਬਹੁਤ ਹੀ ਹਰਿਆ ਭਰਿਆ, ਅਤੇ ਬਿਲਕੁਲ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਕੁਦਰਤ ਦੀ ਗੋਦ ਵਿੱਚ ਬੈਠੇ ਹੋ। ਅਤੇ ਇੱਥੋਂ ਦੀਆਂ ਸਹੂਲਤਾਂ ਵੇਖ ਕੇ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਹੋਟਲ ਬਾਕੀ ਸਾਰੇ ਹੋਟਲਾਂ ਨੂੰ ਮਾਤ ਪਾਉਂਦਾ। ਅਤੇ ਹੁਣ ਅਸੀਂ ਪਹੁੰਚ ਗਏ ਹਾਂ ਹੋਟਲ ਦੇ ਰੈਸਟੋਰੈਂਟ ਵਿੱਚ। ਹੋਟਲ ਦੇ ਬਾਕੀ ਹਿੱਸੇ ਵਾਂਗ ਇੱਥੋਂ ਦੀ ਵੀ ਹਰ ਚੀਜ਼ ਬਹੁਤ ਖਾਸ ਹੈ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਇੱਥੋਂ ਦੇ ਚਮਚ ਤੱਕ ਵੀ ਨਿਊਯਾਰਕ ਤੋਂ ਮੰਗਵਾਏ ਗਏ ਨੇ, ਅਤੇ ਉੱਥੋਂ ਦੀ ਕੰਪਨੀ ਦੀ ਸਟੈਂਪ ਵੀ ਉੱਤੇ ਦੇਖੀ ਜਾ ਸਕਦੀ ਹੈ। ਆਹ ਦੇਖੋ, ਤੁਹਾਨੂੰ ਫਿਰ ਇੱਕ ਵਾਰ ਦਿਖਾ ਰਹੇ ਹਾਂ। ਅਤੇ ਜੇ ਗੱਲ ਕਰੀਏ ਰੈਸਟੋਰੈਂਟ ਦੇ ਮੈਨਿਊ ਦੀ, ਇਹਦੇ ਵਿੱਚ ਵਿਦੇਸ਼ੀ ਸੈਲਾਨੀਆਂ ਦਾ ਧਿਆਨ ਰੱਖਦੇ ਹੋਏ ਹਰ ਇੱਕ ਦੇਸ਼ ਦੀ ਡਿਸ਼ ਅਤੇ ਉੱਥੋਂ ਦੀ ਡਰਿੰਕ ਮੌਜੂਦ ਹੈ। ਹਾਲਾਂਕਿ ਭਾਰਤ ਦੇ ਹਿਸਾਬ ਨਾਲ ਰੇਟ ਕਾਫ਼ੀ ਤੁਹਾਨੂੰ ਜ਼ਿਆਦਾ ਵੀ ਲੱਗ ਰਹੇ ਹੋਣਗੇ, ਪਰ ਜੇ ਆਪਾਂ ਵਿਦੇਸ਼ੀ ਕਰੰਸੀ ਦੇ ਹਿਸਾਬ ਨਾਲ ਵੇਖੀਏ ਤਾਂ ਰੇਟ ਸ਼ਾਇਦ ਵਾਜਬ ਵੀ ਨੇ। ਦੇਖੋ ਇਹਦੇ 'ਚ ਇੰਡੀਆ ਦੀ ਵਾਈਨ ਤੋਂ ਇਲਾਵਾ ਫਰਾਂਸ, ਜਰਮਨੀ ਅਤੇ ਕੁਝ ਹੋਰ ਦੇਸ਼ ਜਿਵੇਂ ਕਿ ਆਸਟ੍ਰੇਲੀਆ, ਚਿੱਲੀ ਅਤੇ ਸਪੇਨ ਵਰਗੇ ਨਾਮ ਵੀ ਮੌਜੂਦ ਨੇ। ਪਰ ਹੁਣ ਜੇ ਅਸੀਂ ਆਪਣੀ ਪੰਜਾਬੀ ਡਰਿੰਕ ਦੀ ਗੱਲ ਕਰੀਏ ਤਾਂ ਇੰਨੀ ਮਹਿੰਗੀ ਚਾਹ ਸ਼ਾਇਦ ਤੁਸੀਂ ਵੇਖੀ ਹੋਵੇ, 550 ਰੁਪਏ ਦੀ ਇੱਥੇ ਚਾਹ ਮਿਲਦੀ ਹੈ ਜੀ। ਅਤੇ ਚਾਹ ਤੋਂ ਬਾਅਦ ਜੇ ਆਪਾਂ ਨਾਲ ਦੇ ਸਨੈਕਸ ਦੀ ਗੱਲ ਕਰੀਏ ਤਾਂ ਸਨੈਕਸ ਦੇ ਵਿੱਚ ਪੰਜਾਬੀਆਂ ਦਾ ਫੇਵਰੇਟ ਸਨੈਕ, ਜਾਂ ਆਪਾਂ ਕਹਿ ਲਈਏ ਕਿ ਸਭ ਤੋਂ ਸਸਤਾ ਸਨੈਕ ਜਿਹੜਾ, ਸਮੋਸਾ। ਪਰ ਇੱਥੋਂ ਦਾ ਸਮੋਸਾ ਸਸਤਾ ਤਾਂ ਬਿਲਕੁਲ ਨਹੀਂ ਹੈ, ਕਿਉਂਕਿ ਜਿਹੜਾ ਆਲੂ ਵਾਲਾ ਸਮੋਸਾ ਇੱਥੇ ਉਹ 450 ਰੁਪਏ ਦਾ, ਅਤੇ ਇੱਥੇ ਇੱਕ ਨੌਨ ਵੈਜ ਸਮੋਸਾ ਵੀ ਮਿਲਦਾ ਜਿਹੜਾ 600 ਰੁਪਏ ਦਾ। ਰੇਟ ਤੁਹਾਡੇ ਸਾਹਮਣੇ ਨੇ। ਬਾਕੀ ਸਮੋਸੇ ਤੋਂ ਇਲਾਵਾ ਹੋਰ ਸਨੈਕਸ ਵੀ ਨੇ ਇੱਥੇ ਮੈਨਿਊ ਦੇ ਵਿੱਚ, ਸਾਰਿਆਂ ਦੇ ਰੇਟ ਤੁਸੀਂ ਸਾਹਮਣੇ ਦੇਖ ਸਕਦੇ ਹੋ। ਇੱਕ ਹੋਰ ਖਾਸ ਚੀਜ਼ ਜਿਹੜੀ ਤੁਸੀਂ ਵੇਖ ਸਕਦੇ ਹੋ ਮੈਨਿਊ ਦੇ ਵਿੱਚ, ਉਹ ਇਹ ਹੈ ਕਿ ਹਰ ਇੱਕ ਆਈਟਮ ਦੇ ਸਾਹਮਣੇ ਕੁਛ ਨਿਸ਼ਾਨ ਬਣੇ ਹੋਏ ਨੇ। ਪਰ ਇਹ ਨਿਸ਼ਾਨ ਜਿਹੜੇ ਬਣੇ ਹੋਏ ਨੇ ਇਹਨਾਂ ਦਾ ਕੁਛ ਮਤਲਬ ਹੈ ਜਿਹੜਾ ਕਿ ਮੈਨਿਊ ਦੇ ਲਾਸਟ ਦੇ ਵਿੱਚ ਸਮਝਾਇਆ ਗਿਆ। ਤੁਸੀਂ ਦੇਖ ਸਕਦੇ ਹੋ ਜਿੱਦਾਂ ਦਾ ਵੀ ਨਿਸ਼ਾਨ ਕਿਸੇ ਆਈਟਮ ਦੇ ਸਾਹਮਣੇ ਬਣਿਆ ਹੋਇਆ ਉਹਦਾ ਮਤਲਬ ਥੱਲੇ ਲਿਖਿਆ ਹੋਇਆ, ਜਿੱਦਾਂ ਲਿਖਿਆ ਜੀ ਆ ਕੰਟੇਨਸ ਅਲਕੋਹਲ, ਮਤਲਬ ਕਿ ਇਹਦੇ ਵਿੱਚ ਅਲਕੋਹਲ ਪਈ ਹੈ, ਮਤਲਬ ਸ਼ਰਾਬ ਹੈ। ਕੰਟੇਨਸ ਐਗ, ਮਤਲਬ ਕਿ ਉਹਦੇ ਵਿੱਚ ਆਂਡਾ। ਕੰਟੇਨਸ ਫਿਸ਼, ਮਤਲਬ ਕਿ ਉਹਦੇ ਵਿੱਚ ਮੱਛੀ ਹੈ। ਸੋ ਹਰ ਇੱਕ ਚੀਜ਼ ਦਾ ਮਤਲਬ ਥੱਲੇ ਸਮਝਾਇਆ ਗਿਆ ਤਾਂ ਕਿ ਖਾਣ ਵਾਲੇ ਨੂੰ ਪਤਾ ਲੱਗ ਸਕੇ
कि इस चीज़ विच की वरत्या गया। तो वीडियो के अंत विच तुहानू असी होटल दे बाथरूम विखा रहे हैं। इत्थों दे बाथरूम बाकी होटलों वर्गे बिल्कुल नहीं है। हर एक चीज़ हाईटेक अते पूरी तरह हाइजीनिक है। तो हर एक चीज़ ऑटोमेटिक भी है। इत्थों दीयां टूटियां कह लिए चाहे या यूरिनल कह लिए ते चाहे असी टॉयलेट सीट्स कह लिए हर एक चीज़ ऑटोमेटिक है। इत्थे तुसी किते भी टच करन दी तुहानू लोड़ नहीं है। तुहानू आ दिखा दिंदे आ जी आ देखो असी सिर्फ लागे गए हाँ ते सीट दा ढक्कन अपने आप खुल गया। वीडियो विच तुसी देख सकदे हो। सो टूटियां तो लै के यूरिनल्स अते टॉयलेट सीट हर एक चीज़ फुली ऑटोमैटिक है। सो ए सी जी साड़ी अज दी वीडियो। जे तुहानू वीडियो चंगी लगी होवे लाइक ते शेयर जरूर करियो। तुहाडा सारिआं दा बहुत बहुत धन्नवाद।